preliminary trade investigations in our summary again that the matter Jedi matter head seems to be a case of inter-gang rivalry jede vich Lawrence Bishnoi gang te Lucky Patel group jehde jede vich khair badi chaldi pai hai ਉਹਦੇ ਕਰਕੇ ਜਿਹੜਾ ਇਹ ਜਿਹੜਾ ਕੰਮ ਕੀਤਾ ਗਿਆ ਹੈਗਾ ਇਟ ਇਜ਼ ਪਿਓਰਲੀ ਜਿਹੜਾ ਗੈਂਗ ਐਂਗਲ ਹੈਗਾ ਇਹਦੇ ਵਿੱਚ ਮਿਸਟਰ ਸਿੱਧੂ ਮੂਸੇਵਾਲਾ ਆਪਣੇ ਘਰੋਂ ਜਦੋਂ ਨਿਕਲੇ ਸੀਗੇ ਅਤੇ ਜਿਹੜਾ ਪਿੰਡ ਜਵਾਹਰ ਕੇ ਦੇ ਇਲਾਕੇ 'ਚ ਤੋਂ ਪਹੁੰਚਦੇ ਹੈਗੇ ਅਤੇ ਉਹਨਾਂ 'ਤੇ ਜਿਹੜੀ ਹੈਵੀ ਫਾਇਰਿੰਗ ਕੀਤੀ ਗਈ ਹੈ ਸਾਰੀ ਇਨਵੈਸਟੀਗੇਸ਼ਨ ਸੀ ਸੀ ਟੀ ਵੀ ਕੈਮਰਾ ਦੇਖਣ ਸਮੇਂ ਦਾ ਸਾਹਮਣੇ ਜਦੋਂ ਜਵਾਹਰ ਕੇ ਪਿੰਡ ਪਹੁੰਚੇ ਹੈਗੇ ਉਹ ਆਪਣੀ ਥਾਰ ਗੱਡੀ ਦੇ ਵਿੱਚ ਸੀਗੇ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਕਜ਼ਨ ਅਤੇ ਇੱਕ ਫਰੈਂਡ ਵੀ ਸੀਗਾ ਜਿੱਦਾਂ ਹੀ ਉਹ ਇੱਕ ਲੈਫਟ ਟਰਨ ਕਰਦੇ ਹੈਗੇ ਸਾਹਮਣੇ ਉਹਨਾਂ ਨੂੰ ਦੋ ਗੱਡੀਆਂ ਜਿਹੜੀ ਇੰਟਰਸੈਪਟ ਕਰਦੀਆਂ ਇੱਕ ਗੱਡੀ ਜਿਹੜੀ ਬਲੈਰੋ ਹੈਗੀ ਹੈ ਇੱਕ ਗੱਡੀ ਸਕਾਰਪੀਓ ਹੈਗੀ ਹੈ ਇਮੀਡੀਏਟਲੀ ਜਿਹੜੀ ਥਾਰ ਗੱਡੀ ਦੇ ਉੱਤੇ ਹੈਵੀ ਫਾਇਰਿੰਗ ਸ਼ੁਰੂ ਹੁੰਦੀ ਹੈ ਹੈਵੀ ਫਾਇਰਿੰਗ ਦੇ ਦੌਰਾਨ ਜਿਹੜੇ ਮਿਸਟਰ ਸਿੱਧੂ ਮੂਸੇਵਾਲੇ ਨੂੰ ਮਲਟੀਪਲ ਜਿਹੜੀ ਗਨਸ਼ੋਟ ਬੂਮਸ ਹੁੰਦੇ ਹੈਗੇ ਅਤੇ ਉਹਨਾਂ ਦੇ ਜਿਹੜੇ ਨਾਲ ਸਾਥੀ ਹੈਗੇ ਆ ਉਹਨਾਂ ਦੇ ਉੱਤੇ ਵੀ ਜਿਹੜੇ ਗਨਸ਼ੋਟ ਬੂਮਸ ਹਨ ਇਮੀਡੀਏਟਲੀ ਉਹਨਾਂ ਦੇ ਜਿਹੜੇ ਗਨਮੈਨ ਹੈਗੇ ਆ ਉਹ ਫੈਮਿਲੀ ਮੈਂਬਰਸ ਨੇ ਉਹਨਾਂ ਨੂੰ ਸਿਵਲ ਹਸਪਤਾਲ ਮਾਨਸਾ ਮੂਵ ਕੀਤਾ ਗਿਆ ਅਤੇ ਮਿਸਟਰ ਸਿੱਧੂ ਮੂਸੇਵਾਲਾ ਵਾਸ ਡਿਕਲੇਅਰਡ ਬਰੋਡ ਡੈਡ ਟੂ ਦਾ ਹੋਸਪਿਟਲ ਜਿਹੜੇ ਉਹਨਾਂ ਦੇ ਨਾਲ ਦੇ ਦੋ ਸੀਗੇ ਦੋਵੇਂ ਸਟੇਬਲ ਕੰਡੀਸ਼ਨ 'ਤੇ ਹੈ ਅਤੇ ਫਰਦਰ ਟ੍ਰੀਟਮੈਂਟ ਲਈ ਉਹਨਾਂ ਨੂੰ ਪਟਿਆਲਾ ਹੋਸਪਿਟਲ 'ਚ ਰੈਫਰ ਕਰ ਦਿੱਤਾ ਗਿਆ ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਦੀ ਗੱਲ ਸਾਹਮਣੇ ਆਈ ਹੈ ਦੈਟ ਦਾ ਮੈਟਰ ਜਿਹੜਾ ਮੈਟਰ ਹੈਗਾ ਸੀਮਸ ਟੂ ਬੀ ਅ ਕੇਸ ਆਫ ਇੰਟਰ ਗੈਂਗ ਰਾਈਵਲਰੀ ਜਿਹਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਲੱਕੀ ਪਟਿਆਲ ਗਰੁੱਪ ਜਿਹੜਾ ਹੈ ਜਿਹਦੇ ਵਿੱਚ ਖੇਹਬਾਜ਼ੀ ਚੱਲਦੀ ਪਈ ਹੈ ਉਹਦੇ ਕਰਕੇ ਜਿਹੜਾ ਇਹ ਜਿਹੜਾ ਕੰਮ ਕੀਤਾ ਗਿਆ ਹੈਗਾ ਇਟ ਇਜ਼ ਪਿਓਰਲੀ ਜਿਹੜਾ ਇੱਕ ਗੈਂਗ ਐਂਗਲ ਹੈਗਾ ਇਹਦੇ ਵਿੱਚ ਇਸ ਤੋਂ ਇਲਾਵਾ ਮਿਸਟਰ ਸਿੱਧੂ ਮੂਸੇਵਾਲੇ ਦੇ ਕੋਲ ਟੋਟਲ ਚਾਰ ਗਨਮੈਨ ਸੀਗੇ ਦੋ ਗਨਮੈਨ ਘੱਲੂਘਾਰਾ ਦਿਵਸ ਦੀ ਜਿਹੜੀ ਇਮਰਜੈਂਟ ਲਾਅ ਐਂਡ ਆਰਡਰ ਡਿਊਟੀ ਦੇ ਲਈ ਵਿਦਡਰਾਅ ਕੀਤੇ ਗਏ ਸੀ ਪਰ ਦੋ ਗਨਮੈਨ ਕਮਾਂਡੋ ਨੇ ਮਿਸਟਰ ਸਿੱਧੂ ਮੂਸੇਵਾਲੇ ਦੇ ਨਾਲ ਸੀਗੇ ਮਿਸਟਰ ਸਿੱਧੂ ਮੂਸੇਵਾਲਾ ਆਪਣੇ ਵੱਲੋਂ ਹੀ ਆਪਣੇ ਜਿਹੜੇ ਗਨਮੈਨ ਸਟਾਫ ਹੈ ਉਹਨਾਂ ਨੂੰ ਘਰ ਛੱਡ ਕੇ ਗਈ ਸੀ ਨਾਲ ਨਹੀਂ ਲੈ ਕੇ ਗਈ ਸੀ ਇਸ ਤੋਂ ਇਲਾਵਾ ਮਿਸਟਰ ਸਿੱਧੂ ਮੂਸੇਵਾਲੇ ਕੋਲ ਇੱਕ ਬੁਲੇਟ ਪਰੂਫ ਗੱਡੀ ਸੀਗੀ ਅਤੇ ਅੱਜ ਉਹ ਜਿਹੜੀ ਬੁਲੇਟ ਪਰੂਫ ਗੱਡੀ ਉਹ ਨਹੀਂ ਲੈ ਕੇ ਗਏ ਸੀ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ ਇਨਵੈਸਟੀਗੇਸ਼ਨ ਦੌਰਾਨ ਕਾਫੀ ਲੀਡਸ ਵੀ ਆ ਚੁੱਕੀਆਂ ਹਨ ਅਤੇ ਅਸੀਂ ਉਹਨਾਂ 'ਤੇ ਵਰਕ ਕਰ ਰਹੇ ਹੈਗੇ ਹਾਂ ਇਮੀਡੀਏਟਲੀ ਜਿਹੜੀ ਐੱਫ ਆਈ ਆਰ ਰਜਿਸਟਰ ਹੋ ਰਹੀ ਹੈਗੀ ਹੈ ਇਮੀਡੀਏਟਲੀ ਜਿਹੜੇ ਵੀ ਇਹਦੇ ਗੈਂਗਸਟਰਸ ਇਨਵੋਲਵਡ ਹੈਗੇ ਆ ਕ੍ਰਿਮੀਨਲਸ ਇਮੀਡੀਏਟਲੀ ਉਹਨਾਂ ਨੂੰ ਫੜ ਕੇ ਆਪਾਂ ਤੁਹਾਨੂੰ ਛੇਤੀ ਛੇਤੀ ਰਿਜ਼ਲਟ ਦੇਵਾਂਗੇ ਸਰ ਕੋਈ ਟਰੇਸ ਹੋਇਆ ਵੀ ਜਿਹੜੀਆਂ ਦੋ ਗੱਡੀਆਂ ਕਿਹੜੀਆਂ ਸੀਗੀਆਂ ਕੌਣ ਸੀਗਾ ਜਿਹੜਾ ਇੱਕ ਬੀ ਐਮ ਡਬਲਿਊ ਅਤੇ ਉਹਨੂੰ ਕਹਿ ਰਹੇ ਆ ਰਹੇ ਸਾਡੇ ਕੋਲ ਜਿਹੜਾ ਅਜੇ ਤੱਕ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਪਾਇਆ ਇੱਕ ਬਲੈਰੋ ਗੱਡੀ ਹੈਗੀ ਹੈ ਇੱਕ ਜਿਹੜੀ ਸਕਾਰਪੀਓ ਗੱਡੀ ਹੈ ਅਤੇ ਇੱਕ ਆਲਟੋ ਕਾਰ ਹੈਗੀ ਹੈ ਇਹਨਾਂ ਗੱਡੀਆਂ 'ਤੇ ਅਸੀਂ ਜਿਹੜਾ ਵਰਕ ਕਰ ਰਹੇ ਹੈਗੇ ਹਾਂ ਅਤੇ ਜਿੱਥੇ ਹੀ ਸਾਡੇ ਕੋਲ ਕੋਈ ਨੀਡ ਆਉਂਦੀ ਹੈ ਕਿ ਐਕਸਟਰਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ